ਮੋਗਾ ਮੇ ਕਨਵੈਨਸ਼ਨ ਕੀ ਗਈ ਹੈ ਆਮ ਆਦਮੀ ਦੇਖੋ ਮੋਗਾ 1,55,000 ਵੋਟ ਪਾਈ ਸੀ ਪ੍ਰੋਫੈਸਰ ਸਾਧੂ ਸਿੰਘ ਦੀ ਇਲੈਕਸ਼ਨ ਵਿੱਚ 2014 'ਚ ਆਪ ਮੋਹਾਲੀ ਅਤੇ ਦਿੱਲੀ ਵਾਲਿਆਂ ਦੀ ਨਲਾਇਕੀ ਨਾਲ ਉਹਨਾਂ ਦੇ ਜਿਹੜੇ ਸੂਬੇਦਾਰ ਆਏ ਸੀ ਉਹਨਾਂ ਨੇ 2017 ਵਿੱਚ ਅਸੈਂਬਲੀ ਦੀਆਂ 4 ਸੀਟਾਂ 'ਚੋਂ 3 ਹਾਰ ਇਸ ਲਈ ਅਸੀਂ ਮੋਗਾ ਵਿੱਚ ਇੱਕ ਜਿਹੜੀ ਕਨਵੈਨਸ਼ਨ ਕੀਤੀ ਹੈ ਇੱਕ ਵਾਰ ਫਿਰ ਐਂ ਨਜ਼ਰ ਆਉਂਦਾ ਜਿੱਦਾਂ 2016 ਦੀ ਜਿਹੜੀ ਜਨਵਰੀ ਦੀ ਮਾਘੀ ਦਾ ਮੂਡ ਸੀ ਪੁਰਾਣੇ ਪੁਰਾਣੇ ਲੋਕ ਨਿਕਲ ਕੇ ਘਰਾਂ 'ਚੋਂ ਆ ਗਏ ਇਸ ਸਮੇਂ ਬਹੁਤ ਨਹੀਂ ਹੈ ਆਮ ਆਦਮੀ ਪਾਰਟੀ ਦੇ ਵੋਲੰਟੀਅਰ ਅਸੀਂ ਸਮਝਦੇ ਕਿ ਇਸ ਮੁਹਿੰਮ ਦੇ ਨਾਲ ਅਸੀਂ ਪਾਰਟੀ ਨੂੰ ਬਹੁਤ ਮਜ਼ਬੂਤ ਕਰ ਰਹੇ ਕਿਉਂਕਿ ਜਿਹੜੇ ਅੱਜ ਸਾਡਾ ਵਿਰੋਧ ਕਰ ਰਹੇ ਨੇ ਦਿੱਲੀ ਦੀ ਵਕਾਲਤ ਕਰ ਰਹੇ ਨੇ ਉਹਨਾਂ ਨੇ ਤਾਂ 17 ਮਹੀਨੇ ਕੀਤਾ ਹੀ ਕੁਛ ਨਹੀਂ ਸੀ ਕੋਈ ਮੁੱਦਾ ਨਹੀਂ ਉਠਾਇਆ ਅਤੇ 250 ਬੰਦਿਆਂ ਨੇ ਇਕੱਠਾ ਕੀਤਾ ਕਿਸੇ ਸ਼ਾਹਕੋਟ ਦੀ ਜ਼ਿਮਨੀ ਚੋਣ 1900 ਵੋਟ 'ਤੇ ਸਿਮਟ ਕੇ ਰਹਿ ਗਈ ਇਸ ਲਈ ਅਸੀਂ ਬਠਿੰਡੇ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਸਪੋਰਟ ਸ਼ੁਰੂ ਕਿਤੋਂ ਫੁਲਕਾ ਸਾਹਿਬ ਨੇ ਸਾਡੇ ਨਾਲ ਕੋਈ ਮਸ਼ਵਰਾ ਨਹੀਂ ਕੀਤਾ ਉਹਨਾਂ ਨੇ ਇਕੱਲਿਆਂ ਨੇ ਹੀ ਯੂਨੀਲੈਟਰਲੀ ਆਪਣਾ ਫੈਸਲਾ ਸੁਣਾ ਦਿੱਤਾ ਵਾ ਅਸੀਂ ਇਸ ਤੋਂ ਬਾਅਦ ਬੈਠਣ ਲੱਗੇ ਹਾਂ ਆਪਣਾ ਜਿੱਥੇ ਸਾਡਾ ਲੰਚ ਆ ਸਾਡੀ ਪੋਲੀਟੀਕਲ ਅਫੇਅਰਸ ਕਮੇਟੀ ਦੇ MLAs ਬੈਠ ਕੇ ਉਹਨਾਂ ਦੀ ਜਿਹੜੀ ਇਹ ਮੂਵ ਸਡਨ ਮੂਵ ਆਈ ਆ ਉਸ 'ਤੇ ਅਸੀਂ ਚਰਚਾ ਕਰਾਂਗੇ ਔਰ ਉਹਦੇ ਪ੍ਰੋਜ਼ ਐਂਡ ਕੌਨਸ ਸਮਝ ਕੇ ਅਗਲਾ ਕਦਮ ਪਾਉਣਾ ਭਗੋਵਾਲ 'ਚ ਲੋਕਾਂ ਨੂੰ ਬੋਲਣ ਤੋਂ ਰੋਕ ਦਿੱਤਾ ਗਿਆ ਸਰ ਤੁਹਾਡੇ ਵੱਲੋਂ ਡੈਮੋਕ੍ਰੇਟਿਕ ਕੰਟਰੀ 'ਚ ਲੋਕਾਂ ਨੂੰ ਬੋਲਣ 'ਚ ਰੋਕ ਦਿੱਤਾ ਗਿਆ ਸਰ ਭਗੋਵਾਲ ਸੰਗਰੂਰ ਨਹੀਂ ਭਗੋਵਾਲ ਨਹੀਂ ਸੀ ਸੰਗਰੂਰ ਸ਼ਹਿਰ ਵਿੱਚ ਸੰਗਰੂਰ ਸ਼ਹਿਰ ਦਾ ਅਸੀਂ ਬਿਲਕੁਲ ਮੈਂ ਹੀ ਬੁਲਾਇਆ ਉਹਨੂੰ ਉਠਾ ਕੇ ਸਰਦਾਰ ਸਾਹਿਬ ਨੂੰ ਔਰ ਉਦੋਂ ਬਾਅਦ ਅਸੀਂ ਤਕਰੀਬਨ 400-500 ਬੰਦਾ ਸੀ ਅੰਦਰ ਬੋਲ ਉਹ 4-5 ਬੰਦੇ ਬਾਹਰ ਜਾ ਕੇ ਪ੍ਰੈਸ ਨੂੰ ਬੇਤੁਕੇ ਬਿਆਨ ਦਿੱਤੇ ਇਸ ਨਥਿੰਗ ਐਟ ਆਲ ਖੈਰਾ ਸਾਹਿਬ ਪਹਿਲਾਂ ਤੁਹਾਡੀ ਬੁਕਿੰਗ ਦੇ ਉਦੋਂ ਵੀ ਕੁਛ ਵਰਕਰਾਂ ਨੂੰ ਦਿੱਲੀ ਬੁਲਾ ਲਿਆ ਗਿਆ ਸੀਗਾ ਅੱਜ ਤੁਹਾਡੀ ਮੋਗੇ ਹੈਗੀ ਤਾਂ ਚੰਡੀਗੜ੍ਹ ਮੀਟਿੰਗ ਕਰਨੀ ਗਈ ਹੈ ਇਹਨਾਂ ਇਹਨੂੰ ਕਹਿੰਦੇ ਹੁੰਦੇ ਆ ਛੋਟੇ ਸੂਟ ਦੇ ਮੁਜ਼ਾਰੇ ਛੋਟੀਆਂ ਚਾਲਾਂ ਇਹ ਐਵੇਂ ਜਿਹਨੂੰ ਕਹਿੰਦੇ ਆ ਕਿ ਫਰਿਵਲਸ ਮੂਵਸ ਨੇ ਦੇ ਵਿਲ ਨੋਟ ਪੇ ਪੇ ਕਰੂਗਾ ਜਦੋਂ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੋਗੇ ਜੋ ਪੰਜਾਬ ਅੱਜ 2.5 ਲੱਖ ਕਰੋੜ ਦਾ ਕਰ ਰਹੀ ਆ ਕਿਸਾਨ ਖੇਤ ਮਜ਼ਦੂਰ ਮਰ ਰਿਹਾ ਵਾ ਨਸ਼ੇ ਦੀ ਗੱਲ ਇਹ ਮੈਂ ਉਹੀ ਪੁੱਛਣਾ ਚਾਹੁੰਦਾ ਕਿ ਦਿੱਲੀ ਵਾਲੇ ਹੁਣ ਦਿੱਲੀ ਦੇ ਜਿਹੜੇ ਹੁਣ ਵਕਾਲਤ ਕਰ ਰਹੇ ਨੇ ਭਗਵੰਤ ਹੋਣੀ ਇਹ ਪਹਿਲਾਂ 17 ਮਹੀਨੇ ਕਿਉਂ ਚੁੱਪ ਸੀ ਹੁਣ ਇੱਦਾਂ ਪੁੱਛ ਨੂੰ ਅੱਗ ਲਾਈ ਹੈ ਕਿ ਬਸ ਪੁੱਛੋ ਨਾ ਜਿੱਦਾਂ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ 'ਚ ਘੁੰਮਣ ਲੱਗ ਪਹਿਲਾਂ ਕਿਉਂ ਨਹੀਂ ਫਿਰੇ ਜਸਟ ਬਿਕੋਜ਼ ਅਸੀਂ ਪੰਜਾਬ ਦਾ ਝੰਡਾ ਚੁੱਕਾ ਔਰ ਇਹਨਾਂ ਨੂੰ ਕਲੈਰੀਫਾਈ ਕਰਨਾ ਪਊਗਾ ਕਿ ਹਲੇ ਇਹਨੇ ਉਸ ਅਰਵਿੰਦ ਕੇਜਰੀਵਾਲ ਦੀ ਵਿਕਰਮ ਅਜੀਠੇ ਦੇ ਮਾਫੀ ਉੱਤੇ ਅਸਤੀਫਾ ਦਿੱਤਾ ਸੀਗਾ ਜਦ ਅਸਤੀਫਾ ਦਿੱਤਾ ਤਾਂ ਵਕਾਲਤ ਤਾਂ ਤੁਸੀਂ ਪ੍ਰਧਾਨ ਨੂੰ ਵੀ ਜ਼ਿਆਦਾ ਕਰ ਰਹੇ ਹੋ ਪੰਜਾਬ ਦੇ ਵਿੱਚ ਉਹਨਾਂ ਦੇ ਦੇ ਹੈਵ ਟੂ ਆਨਸਰ ਦਿਸ ਟੂ ਪੀਪਲ ਕਿ ਪੰਜਾਬ ਦੇ ਨਾਲ ਆ ਕਿ ਦਿੱਲੀ ਵਾਲਿਆਂ ਦੇ ਨਾਲ ਮੇਰਾ ਖਿਆਲ ਹੈ ਲਾਈਕ ਮਿਸਟਰ ਗਰੋਵਰ ਸਕੋਰਸ ਆਫ ਟਿਕਟ ਅਸੈਂਬਲੀ ਦੀਆਂ ਜਿਹੜੀਆਂ ਗਲਤ ਤੁਸੀਂ ਦੱਸੋ ਨਾ ਜਿਹੜੀ ਮੋਗਾ ਜ਼ਿਲ੍ਹਾ 1,55,000 'ਤੇ ਜਿੱਤਦਾ ਪ੍ਰੋਫੈਸਰ ਸਾਧੂ ਸਿੰਘ ਦਾ ਅਤੇ ਮੁੜ ਕੇ 3 ਸੀਟਾਂ ਹਾਰ ਜਾਂਦੀਆਂ ਅਸੈਂਬਲੀ ਦੀ ਇਕੱਲੀ ਇੱਕ ਨੇ ਹਾਲ ਸਿੰਘ ਵਾਲਾ ਜਿੱਤੀ ਇਹਦਾ ਮਤਲਬ ਟਿਕਟਾਂ ਗਲਤ ਦਿੱਤੀਆਂ ਟਿਕਟਾਂ ਵਿੱਚ ਹੇਰ ਫੇਰ ਹੋਇਆ ਵਾ ਟਿਕਟਾਂ 'ਚ ਪੈਸੇ ਲਏ ਗਏ ਨੇ ਆਈ ਸਟੈਂਡ ਬਾਏ ਐਵਰੀ ਵਰਡ ਔਰ ਇਕੱਲਾ ਮੋਗਾ ਨਹੀਂ ਫਿਰ ਤਾਂ ਹਸ਼ਾ ਟਿਕਟਾਂ ਗਲਤ ਸੀ ਇਸੇ ਲਈ ਕੋਲੈਪਸ ਹੋਇਆ ਸਾਰਾ ਸਿਸਟਮ ਨੂੰ ਠੀਕ ਕਰਨਾ ਕੁਰਸੀ ਨਾਲ ਤੁਹਾਨੂੰ ਪਿਆਰ ਨਹੀਂ ਗਾ ਸਰ LOP ਤੋਂ ਹਟਾਉਣ ਤੋਂ ਬਾਅਦ ਤੁਸੀਂ ਕਨਵੈਨਸ਼ਨਸ ਕਰ ਰਹੇ ਹੋ ਜਗ੍ਹਾ ਜਗ੍ਹਾ 'ਤੇ ਜਾ ਕੇ ਇਹ ਕੁਰਸੀ ਦਾ ਪਿਆਰ ਨਹੀਂ 100 LOP ਦੀ ਕੁਰਸੀ ਮੇਰੀ ਜੁੱਤੀ ਦੇ ਨੋਕ 'ਤੇ ਆ ਪੁਰਾਣਾ ਸਮਝਣਾ ਇਹਨਾਂ ਸ਼ਬਦਾਂ ਨੂੰ ਮੈਂ ਪੰਜਾਬ ਦੇ ਹਿੱਤੇ 'ਚ ਮੈਂ ਤਾਂ ਕਹਿ ਚੁੱਕਾ ਕਿ ਜੇ ਹੁਣ ਮੈਨੂੰ ਚਾਂਦੀ ਦੀ ਪਲੇਟ ਵਿੱਚ ਵੀ ਰੱਖ ਕੇ ਦੇਣਗੇ ਆਈ ਵਿਲ ਨੋਟ ਟੇਕ ਦਿਸ ਪੋਜੀਸ਼ਨ ਐਟ ਆਲ